ਭਾਰਤ ਦੇ ਵਿੱਚ ਲਗਾਤਾਰ ਤੀਜੀ ਵਾਰ NDA ਦੀ ਸਰਕਾਰ ਬਣ ਰਹੀ ਹੈ। ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਹੁੰ ਚੁੱਕਣਗੇ ਤਾਂ ਇਹ ਤਸਵੀਰਾਂ ਰਾਸ਼ਟਰਪਤੀ ਭਵਨ ਦੀਆਂ ਨੇ ਜਿੱਥੇ ਫਿਲਮ ਜਗਤ ਤੋਂ ਲੈ ਕੇ ਕਾਰੋਬਾਰੀ ਇਸ ਤੋਂ ਇਲਾਵਾ ਹੋਰ ਉੱਗੀਆਂ ਹਸਤੀਆਂ ਦੇਸ਼ਾਂ ਪ੍ਰਦੇਸ਼ਾਂ ਤੋਂ ਪਹੁੰਚੀਆਂ ਹੋਈਆਂ ਨੇ। ਮੁਕੇਸ਼ ਅੰਬਾਨੀ, ਰਾਜਨਾਥ ਸਿੰਘ, ਅਕਸ਼ੇ ਕੁਮਾਰ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਗਜਿੰਦਰ ਸ਼ੇਖਾਵਤ, ਨਿਰਮਲਾ ਸੀਤਾਰਮਨ, NDA ਦਾ ਹਿੱਸਾ ਜਿਹੜੇ ਵੀ ਵੱਖ ਵੱਖ ਦਲ ਨੇ। ਇਸ ਤੋਂ ਇਲਾਵਾ ਪੰਜਾਬ ਦੀ ਗੱਲ ਕਰੀਏ, ਪਰਮਪਾਲ ਕੌਰ, ਉਹਨਾਂ ਦੇ ਪਤੀ ਗੁਰਪ੍ਰੀਤ ਕੌਰ, ਸ਼ਾਹਰੁਖ ਖਾਨ, ਕੰਗਣਾ ਰਣੌਤ ਅਤੇ ਹੋਰ ਬਹੁਤ ਸਾਰੀਆਂ ਹਸਤੀਆਂ ਨੇ ਸ਼ਿਵ ਸੈਨਾ ਤੋਂ ਔਰ ਵੱਖ ਵੱਖ ਦਲ ਜੋ ਅੱਜ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨ ਜਾ ਰਹੇ ਨੇ, ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਨੇ। ਤਾਂ ਇਹ ਤਸਵੀਰਾਂ ਰਾਸ਼ਟਰਪਤੀ ਭਵਨ ਦੀਆਂ ਨੇ ਜਿੱਥੇ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਉਹਨਾਂ ਦਾ ਸਮੁੱਚਾ ਮੰਤਰੀ ਮੰਡਲ ਇਸ ਵੇਲੇ ਸਟੇਜ 'ਤੇ ਬਿਰਾਜਮਾਨ ਹੈ। ਉੱਗੇ ਕਾਰੋਬਾਰੀ ਫਿਲਮ ਜਗਤ ਨਾਲ ਜੁੜੀਆਂ ਵੱਡੀਆਂ ਹਸਤੀਆਂ ਇਸ ਵੇਲੇ ਇੱਥੇ ਮੌਜੂਦ ਨੇ। ਤਾਂ ਲਗਾਤਾਰ ਦੇਸ਼ ਦੇ ਵਿੱਚ NDA ਦੀ ਸਰਕਾਰ ਬਣੀ, ਹਾਲਾਂਕਿ ਵਿਰੋਧੀ ਦਲ ਤੋਂ ਮਲਿਕਾ ਅਰਜੁਨ ਖੜਗੇ ਥੋੜ੍ਹੇ ਸਮੇਂ ਬਾਅਦ ਇੱਥੇ ਪਹੁੰਚ ਰਹੇ ਨੇ, ਪਰ ਇਹ ਵੱਡੀਆਂ ਹਸਤੀਆਂ ਨੇ, NDA ਦਾ ਹਿੱਸਾ ਨੇ। ਸਾਬਕਾ ਕੇਂਦਰੀ ਮੰਤਰੀ ਨੇ, ਪੰਜਾਬ ਦੇ ਵਿੱਚੋਂ ਗੱਲ ਕਰੀਏ, ਰਵਨੀਤ ਬਿੱਟੂ, ਪਰਮਪਾਲ ਕੌਰ, ਗੁਰਪ੍ਰੀਤ ਸਿੰਘ ਇੱਥੇ ਪਹੁੰਚੇ ਹੋਏ ਨੇ, ਕੰਗਣਾ ਰਣੌਤ ਫਿਲਮ ਜਗਤ ਤੋਂ, ਸ਼ਾਹਰੁਖ ਖਾਨ, ਅਕਸ਼ੇ ਕੁਮਾਰ, ਮੁਕੇਸ਼ ਅੰਬਾਨੀ, ਉੱਗੇ ਕਾਰੋਬਾਰੀ ਇੱਥੇ ਆਏ ਹੋਏ ਨੇ। ਤਾਂ ਥੋੜ੍ਹੇ ਸਮੇਂ ਬਾਅਦ ਸਹੁੰ ਚੁੱਕ ਸਮਾਗਮ ਸ਼ੁਰੂ ਹੋਵੇਗਾ, ਉਸ ਤੋਂ ਪਹਿਲਾਂ ਤਿਆਰੀਆਂ ਸਾਰੀਆਂ ਮੁਕੰਮਲ ਕੀਤੀਆਂ ਗਈਆਂ ਨੇ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ। ਭਾਰਤ ਦੇ ਵਿੱਚ ਲਗਾਤਾਰ ਤੀਜੀ ਵਾਰ NDA ਦੀ ਸਰਕਾਰ ਬਣ ਰਹੀ ਹੈ। ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਹੁੰ ਚੁੱਕਣਗੇ ਤਾਂ ਇਹ ਤਸਵੀਰਾਂ ਰਾਸ਼ਟਰਪਤੀ ਭਵਨ ਦੀਆਂ ਨੇ ਜਿੱਥੇ ਫਿਲਮ ਜਗਤ ਤੋਂ ਲੈ ਕੇ ਕਾਰੋਬਾਰੀ ਇਸ ਤੋਂ ਇਲਾਵਾ ਹੋਰ ਉੱਗੀਆਂ ਹਸਤੀਆਂ ਦੇਸ਼ਾਂ ਪ੍ਰਦੇਸ਼ਾਂ ਤੋਂ ਪਹੁੰਚੀਆਂ ਹੋਈਆਂ ਨੇ। ਮੁਕੇਸ਼ ਅੰਬਾਨੀ, ਰਾਜਨਾਥ ਸਿੰਘ, ਅਕਸ਼ੇ ਕੁਮਾਰ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਗਜਿੰਦਰ ਸ਼ੇਖਾਵਤ, ਨਿਰਮਲਾ ਸੀਤਾਰਮਨ, NDA ਦਾ ਹਿੱਸਾ ਜਿਹੜੇ ਵੀ ਵੱਖ ਵੱਖ ਦਲ ਨੇ। ਇਸ ਤੋਂ ਇਲਾਵਾ ਪੰਜਾਬ ਦੀ ਗੱਲ ਕਰੀਏ, ਪਰਮਪਾਲ ਕੌਰ, ਉਹਨਾਂ ਦੇ ਪਤੀ ਗੁਰਪ੍ਰੀਤ ਕੌਰ, ਸ਼ਾਹਰੁਖ ਖਾਨ, ਕੰਗਣਾ ਰਣੌਤ ਅਤੇ ਹੋਰ ਬਹੁਤ ਸਾਰੀਆਂ ਹਸਤੀਆਂ ਨੇ ਸ਼ਿਵ ਸੈਨਾ ਤੋਂ ਔਰ ਵੱਖ ਵੱਖ ਦਲ ਜੋ ਅੱਜ ਸਹੁੰ ਚੁੱਕ ਸਮਾਗਮ ਦਾ ਹਿੱਸਾ ਬਣਨ ਜਾ ਰਹੇ ਨੇ, ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਨੇ। ਤਾਂ ਇਹ ਤਸਵੀਰਾਂ ਰਾਸ਼ਟਰਪਤੀ ਭਵਨ ਦੀਆਂ ਨੇ ਜਿੱਥੇ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ ਅਤੇ ਉਹਨਾਂ ਦਾ ਸਮੁੱਚਾ ਮੰਤਰੀ ਮੰਡਲ ਇਸ ਵੇਲੇ ਸਟੇਜ 'ਤੇ ਬਿਰਾਜਮਾਨ ਹੈ। ਉੱਗੇ ਕਾਰੋਬਾਰੀ ਫਿਲਮ ਜਗਤ ਨਾਲ ਜੁੜੀਆਂ ਵੱਡੀਆਂ ਹਸਤੀਆਂ ਇਸ ਵੇਲੇ ਇੱਥੇ ਮੌਜੂਦ ਨੇ। ਤਾਂ ਲਗਾਤਾਰ ਦੇਸ਼ ਦੇ ਵਿੱਚ NDA ਦੀ ਸਰਕਾਰ ਬਣੀ, ਹਾਲਾਂਕਿ ਵਿਰੋਧੀ ਦਲ ਤੋਂ ਮਲਿਕਾ ਅਰਜੁਨ ਖੜਗੇ ਥੋੜ੍ਹੇ ਸਮੇਂ ਬਾਅਦ ਇੱਥੇ ਪਹੁੰਚ ਰਹੇ ਨੇ, ਪਰ ਇਹ ਵੱਡੀਆਂ ਹਸਤੀਆਂ ਨੇ, NDA ਦਾ ਹਿੱਸਾ ਨੇ। ਸਾਬਕਾ ਕੇਂਦਰੀ ਮੰਤਰੀ ਨੇ, ਪੰਜਾਬ ਦੇ ਵਿੱਚੋਂ ਗੱਲ ਕਰੀਏ, ਰਵਨੀਤ ਬਿੱਟੂ, ਪਰਮਪਾਲ ਕੌਰ, ਗੁਰਪ੍ਰੀਤ ਸਿੰਘ ਇੱਥੇ ਪਹੁੰਚੇ ਹੋਏ ਨੇ, ਕੰਗਣਾ ਰਣੌਤ ਫਿਲਮ ਜਗਤ ਤੋਂ, ਸ਼ਾਹਰੁਖ ਖਾਨ, ਅਕਸ਼ੇ ਕੁਮਾਰ, ਮੁਕੇਸ਼ ਅੰਬਾਨੀ, ਉੱਗੇ ਕਾਰੋਬਾਰੀ ਇੱਥੇ ਆਏ ਹੋਏ ਨੇ। ਤਾਂ ਥੋੜ੍ਹੇ ਸਮੇਂ ਬਾਅਦ ਸਹੁੰ ਚੁੱਕ ਸਮਾਗਮ ਸ਼ੁਰੂ ਹੋਵੇਗਾ, ਉਸ ਤੋਂ ਪਹਿਲਾਂ ਤਿਆਰੀਆਂ ਸਾਰੀਆਂ ਮੁਕੰਮਲ ਕੀਤੀਆਂ ਗਈਆਂ ਨੇ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜਿਹੜੇ ਉਹ ਵੀ ਇੱਥੇ ਪਹੁੰਚੇ ਹੋਏ ਨੇ।